ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ ਤਾਂ ਵੱਡਾ ਕਹਿਰ ਵਾਪਰਿਆ ਪੂਰਾ ਪਰਿਵਾਰ ਹੀ ਖਤਮ ਹੋ ਗਿਆ ਹੈ ਜਿਸ ਦੇ ਵਿੱਚ 3 ਵਿਅਕਤੀ 2 ਔਰਤਾਂ ਅਤੇ 1 ਬੱਚਾ ਸ਼ਾਮਿਲ ਦੱਸਿਆ ਜਾ ਰਿਹਾ ਜੋ ਕਿ ਬੀਤੀ ਸ਼ਾਮ ਨੂੰ ਕਿਸੇ ਆਪਣੇ ਰਿਸ਼ਤੇਦਾਰ ਨੂੰ ਹਸਪਤਾਲ ਦੇ ਵਿੱਚੋਂ ਦੇਖ ਕੇ ਜਦੋਂ ਵਾਪਸ ਆ ਰਹੇ ਸੀ ਤਾਂ ਅਚਾਨਕ ਹੀ ਡਰਾਈਵਰ ਦੀ ਅੱਖ ਲੱਗ ਜਾਂਦੀ ਹੈ ਤੇ ਕਾਰ ਦੀ ਟੱਕਰ ਸਿੱਧਾ ਹੀ ਜਾ ਕੇ ਟਰੱਕ ਦੇ ਨਾਲ ਹੁੰਦੀ ਹੈ। ਟਰੱਕ ਦੇ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਜੋ ਹੈ ਟਰੱਕ ਦੇ ਹੇਠਾਂ ਵੜ ਜਾਂਦੀ ਹੈ ਜਿਸ ਦੇ ਵਿੱਚ 3 ਵਿਅਕਤੀ 2 ਔਰਤਾਂ ਅਤੇ 1 ਬੱਚੇ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਹਾਦਸੇ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਅਗਲਾ ਹਿੱਸਾ ਬਿਲਕੁਲ ਹੀ ਸੜਕ ਦੇ ਉੱਤੇ ਖਿਲਰ ਗਿਆ, ਇੰਜਨ ਜੋ ਹੈ ਉਹ ਖਿਲ ਰਿਹਾ ਤੇ ਇਸ ਦੇ ਨਾਲ ਹੀ ਜੋ ਲਾਸ਼ਾਂ ਸੀ ਉਹ ਗੱਡੀ ਦੇ ਵਿੱਚ ਹੀ ਫਸ ਗਈਆਂ ਜਿਸ ਤੋਂ ਬਾਅਦ ਰਾਹਗੀਰਾਂ ਨੇ ਕੜੀ ਮੁਸ਼ਕਲ ਤੋਂ ਬਾਅਦ ਕਾਰ ਨੂੰ ਕਈ ਥਾਵਾਂ ਤੋਂ ਕੱਟ ਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਤੱਕ ਸਾਰਿਆਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਉਦੋਂ ਤੱਕ ਸਾਰੇ ਹੀ ਦਮ ਤੋੜ ਗਏ ਸੀ ਤਾਂ ਕਿਸੇ ਰਿਸ਼ਤੇਦਾਰ ਨੂੰ ਹਸਪਤਾਲ ਦੇ ਵਿੱਚ ਦੇਖਣ ਤੋਂ ਬਾਅਦ ਇਹ ਵਾਪਸੀ ਕਰ ਰਹੇ ਸੀ ਤੇ ਵਾਪਸ ਆਉਂਦੇ ਆਉਂਦੇ ਜੋ ਕਾਰ ਚਲਾ ਰਿਹਾ ਸੀ ਉਸਦੀ ਅੱਖ ਲੱਗ ਜਾਂਦੀ ਹੈ ਜਿਸ ਦੇ ਕਾਰਨ ਉਸਦੀ ਸਿੱਧੀ ਟੱਕਰ ਟਰੱਕ ਦੇ ਨਾਲ ਹੁੰਦੀ ਹੈ ਤਾਂ ਟਰੱਕ ਦੇ ਹੇਠਾਂ ਹੀ ਇਹ ਕਾਰ ਫਸ ਜਾਂਦੀ ਹੈ ਜਿਸ ਦੇ ਵਿੱਚ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ ਤਾਂ ਮ੍ਰਿਤਕਾਂ ਦੇ ਵਿੱਚ 3 ਵਿਅਕਤੀ 2 ਔਰਤਾਂ ਅਤੇ 1 ਬੱਚਾ ਵੀ ਸ਼ਾਮਿਲ ਹੈ। ਵੱਡਾ ਕਹਿਰ ਵਾਪਰਿਆ ਪੂਰਾ ਪਰਿਵਾਰ ਹੀ ਉੱਜੜ ਗਿਆ, ਕਿਸੇ ਰਿਸ਼ਤੇਦਾਰ ਨੂੰ ਹਸਪਤਾਲ ਦੇ ਵਿੱਚੋਂ ਦੇਖ ਕੇ ਵਾਪਸੀ ਕਰ ਰਹੇ ਸੀ ਤਾਂ ਰਾਹ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ ਤਾਂ ਕਰਨਾਟਕਾ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ।